ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਨਵੀਂ ਕੰਟਰੀ ਤੋਂ ਨਵੇਂ ਸ਼ਹਿਰ ਤੋਂ ਲੰਡਨ ਤੋਂ ਹੁੰਦੇ ਸੀ। ਅਸੀਂ ਯੂਰੋ ਸਟਾਰ ਟ੍ਰੇਨ ਕਹਿੰਦੇ ਨੇ ਉਹ ਟ੍ਰੇਨ ਲੈ ਕੇ, ਹਾਂ ਟ੍ਰੇਨ ਪਹਿਲਾਂ ਦੀ ਬੁੱਕ ਕਰਾਈ ਸੀ, ਜੇ ਨੇੜੇ ਜਾ ਕੇ ਉਹਨੇ ਬਹੁਤ ਮਹਿੰਗੀ ਪੈਂਦੀ, ਇਹ ਜਹਾਜ਼ ਨੂੰ ਮਹਿੰਗੀ ਪੈਂਦੀ। ਜਹਾਜ਼ ਦੀ ਟਿਕਟ ਸਸਤੀ ਮਿਲਦੀ ਸੀ ਪੈਰਿਸ ਦੀ ਚਲਾਉਂਦੇ ਸੀ, ਪਰ ਯੂਰੋ ਟ੍ਰੇਨ ਦਾ ਆਪਦਾ ਸਫ਼ਰ ਆ ਜਿਹੜੀ ਫਾਸਟ ਟ੍ਰੇਨ ਆ, ਉਹ ਥੱਲੇ ਦੀ ਇਹਨੂੰ ਜਿਹੜੀ ਬ੍ਰਿਜ ਇਹਨੂੰ ਟਨਲ ਮਿਲਾਉਂਦੀ ਆ ਇੰਗਲੈਂਡ ਅਤੇ ਫਰਾਂਸ ਦੇ ਵਿੱਚ, ਉਹਦੇ ਵਿੱਚ ਦੀ ਲੰਘ ਕੇ ਆਉਂਦੀ ਹੈ ਇਹ। ਅਤੇ ਉੱਥੋਂ ਅਸੀਂ ਚੱਲੇ ਅਤੇ ਅਸੀਂ ਪਹੁੰਚੇ ਫਰਾਂਸ। ਫਰਾਂਸ 'ਚ ਕਿੱਥੇ ਪਹੁੰਚੇ? ਪੈਰਿਸ। ਪੈਰਿਸ ਦੁਨੀਆ ਦੀ ਮਸ਼ਹੂਰ, ਜਿਹਨੂੰ ਆਪਾਂ ਕਹਿ ਦਈਏ ਉਹ ਮੰਨਿਆ ਗਿਆ ਕੈਪੀਟਲ, ਮੰਨਿਆ ਗਿਆ ਆਪਣੇ ਫੈਸ਼ਨ ਦੀ ਅਤੇ ਹੋਰ ਸੁੰਦਰਤਾ ਦੀ, ਦੋ ਸਾਰੇ ਪਾਸੇ ਬਹੁਤ ਬਹੁਤ ਵਧੀਆ ਬਿਲਡਿੰਗਾਂ ਨੇ, ਬਹੁਤ ਵਧੀਆ ਸਾਰਾ। ਸੋ ਇਸ ਪੈਰਿਸ ਦੇ ਜਿਹੜਾ ਐਪੀਸੋਡ ਆ ਇਹਨੂੰ ਮੈਂ ਦੋ ਤਰੀਕਿਆਂ ਨਾਲ ਡਿਵਾਈਡ ਕਰੂੰਗਾ। ਇੱਕ ਤਾਂ ਟੋਟਲ ਪੈਰਿਸ ਤੁਹਾਨੂੰ ਜਿਹੜਾ ਸਾਰਾ ਪੈਰਿਸ ਆ ਦਿਖਾਉਣ ਨੂੰ, ਅਤੇ ਇੱਕ ਪੈਰਿਸ ਦੀ ਜਿਹੜੀ ਮਸ਼ਹੂਰ ਚੀਜ਼ ਹੈ ਜਿਹਨੂੰ ਆਪਾਂ ਕਹਿੰਦੇ ਆਈਫਲ ਟਾਵਰ। ਸੋ ਅਸੀਂ ਉੱਥੋਂ ਹੁੰਦੇ ਪਹੁੰਚੇ, ਆ ਕੇ ਰਾਤ ਨੂੰ ਪਹੁੰਚੇ, ਸ਼ਾਮ ਨੂੰ ਇੱਕ ਲਿਆ ਹੋਇਆ ਸੀ ਜਿਹਨੂੰ ਕਹਿ ਦਈਏ ਏਅਰ ਅਪਾਰਟਮੈਂਟ ਹੋਟਲ ਟਾਈਪ ਦਾ ਲਿਆ ਹੋਇਆ ਸੀ। ਸਾਨੂੰ ਨਹੀਂ ਸੀ ਪਤਾ ਕਿਉਂਕਿ ਵੀ ਇੱਥੇ ਇਸ ਟਾਈਮ 'ਤੇ ਰੂਮ ਬਹੁਤੇ ਮਹਿੰਗੇ ਨੇ, ਕਿਉਂਕਿ ਇੱਥੇ ਨੇ ਓਲੰਪਿਕਸ, ਸਮਰ ਓਲੰਪਿਕਸ, ਅਤੇ ਸਮਰ ਓਲੰਪਿਕਸ ਤੋਂ ਪਹਿਲਾਂ ਵੀ ਇਹਨਾਂ 'ਤੇ ਇੱਥੇ ਕੋਈ ਐਕਟੀਵਿਟੀ ਹੋਰ ਚੱਲ ਰਹੀਆਂ ਨੇ, ਕੋਈ ਹੋਰ ਵੀ ਗੌਰਮੈਂਟ ਦੀਆਂ, ਕੋਈ ਹੋਰ ਪਤਾ ਨਹੀਂ ਕੀ ਸੀ, ਯੂਰੋਪੀਅਨ ਯੂਨੀਅਨ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ, ਕਾਫੀ ਕੁਛ ਸੀ, ਅਤੇ ਕਈ ਗੇਮਾਂ ਚੱਲਦੀਆਂ ਨੇ। ਪਹਿਲਾਂ ਮੇਰਾ ਖਿਆਲ ਇੱਕ ਉਹਦੀ ਗੇਮ ਵੀ ਚੱਲਦੀ ਸੀ, ਕੀ ਹੁੰਦੀ ਹੈ, ਲਾਨ ਟੈਨਿਸ ਜਿਹਨੂੰ ਕਹਿ ਦਈਏ, ਉਹਦੀ ਵਰਲਡ ਲੈਵਲ ਦੀਆਂ ਗੇਮਾਂ ਚੱਲਦੀਆਂ ਸੀ। ਆਮ ਸੁਣਿਆ ਵੀ ਅੱਗੇ ਵੀ ਚੱਲਦੀਆਂ ਨੇ ਇੱਥੇ ਪੈਰਿਸ, ਉੱਥੇ ਦੀਆਂ ਗਰਾਊਂਡਾਂ ਚੰਗੀਆਂ ਮੰਨੀਆਂ ਗਈਆਂ, ਪਰ ਇਹ ਸੀਗਾ ਇਸ ਟਾਈਮ 'ਤੇ, ਇਹ ਸੀਗਾ ਵੀ ਇਹ ਸੀਗਾ ਨਾਲ ਇੱਥੇ ਸਮਰ ਓਲੰਪਿਕਸ ਸੀ। ਸਮਰ ਓਲੰਪਿਕਸ 2024 ਦੀਆਂ ਇੱਥੇ ਹੋਣੀਆਂ ਸੀ, ਤਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਮਹਿੰਗੇ ਕਮਰੇ ਮਿਲੇ, ਪਰ ਮਿਲ ਗਿਆ, ਐਨੀ ਵੇਖ, ਨਹੀਂ ਤਾਂ ਮਿਲਦੇ ਵੀ ਨਹੀਂ ਸੀ। ਮਿਲ ਗਿਆ ਤਾਂ ਬੜਾ ਵਧੀਆ ਸੀ, ਇਹੋ ਜਿਹੀ ਕੋਈ ਗੱਲ ਨਹੀਂ, ਅਪਾਰਟਮੈਂਟ ਹੋਟਲ ਟਾਈਪ ਦਾ ਕਮਰਾ ਸੀ, ਬੜਾ ਵਧੀਆ ਸੀ। ਸੋ ਅਸੀਂ ਉੱਥੇ ਰਹਿ ਕੇ ਅਸੀਂ ਪੂਰਾ ਪੈਰਿਸ ਦੇ। ਹੁਣ ਮੈਂ ਪੈਰਿਸ ਨੂੰ ਦੋ ਤਰੀਕੇ ਨਾਲ ਡਿਵਾਈਡ ਕਰੂੰਗਾ। ਇੱਕ ਤਾਂ ਤੁਹਾਨੂੰ ਜਨਰਲ ਪੈਰਿਸ, ਪੈਰਿਸ ਦੀ ਬਿਊਟੀ, ਪੈਰਿਸ ਦੇ ਸਾਰੇ ਜਿੰਨੇ ਕੋਈ ਬ੍ਰਾਂਡ ਨੇਮ ਕਹਿ ਦਿਓ, ਸਾਰੇ ਬ੍ਰਾਂਡ ਨੇਮ ਨੇ ਉੱਥੇ, ਲੂਈਸ ਵਿਟਾਨ ਤੋਂ ਲੈ ਕੇ ਸਾਰਿਆਂ ਦੇ ਆਪਦੇ ਹੈੱਡਕੁਆਰਟਰ ਨੇ, ਸਾਰਿਆਂ ਦੇ ਕੋਈ ਐਨੀ ਬ੍ਰਾਂਡ, ਕੋਈ ਫੈਸ਼ਨ ਦਾ ਬ੍ਰਾਂਡ ਤੁਸੀਂ ਕਹਿੰਦੇ ਹੋ ਦੁਨੀਆ ਭਰ ਦਾ, ਉਹ ਇੱਥੇ ਓਰੀਜਨਲ MK ਅਤੇ ਸਾਰਾ ਕੁਛ ਇੱਥੇ ਉਹ ਮਿਲ, ਠੀਕ ਹੈ, ਇਹ ਇੱਕ ਤਾਂ ਹੈਗਾ ਸੀ। ਸੋ ਇੱਕ ਤਾਂ ਤੁਸੀਂ ਉਹ ਇੰਜੋਏ ਕਰ, ਠੀਕ ਹੈ। ਦੂਜਾ ਪੈਰਿਸ ਦਾ ਰਿਵਰ ਦੇ ਆਲੇ ਦੁਆਲੇ ਇਹਦੀਆਂ ਕੈਥੇਡ੍ਰਲ ਜਾਂ ਹੋਰ ਜਿਹੜਾ ਸਾਰਾ ਕੁਛ ਹੈ, ਜੋ ਕੁਛ ਵੀ ਮੈਂ ਦਿਖਾ ਸਕੂੰਗਾ ਦਿਖਾਊਂਗਾ, ਪਰ ਮੈਂ ਇੱਕ ਐਪੀਸੋਡ ਅੱਡ ਬਣਾਊਂਗਾ, ਉਹ ਮੈਂ ਕਾਹਦਾ ਅੱਡ ਬਣਾ ਰਿਹਾ ਹਾਂ, ਜਿਹ ਸਿਰਫ ਜਿਹੜੀ ਇਕੋਨਿਕ ਬਿਲਡਿੰਗ ਆ ਜਿਹਨੂੰ ਦੁਨੀਆ ਭਰ ਤੋਂ ਲੋਕ ਦੇਖਣ ਆਉਂਦੇ ਨੇ। ਜੇ ਤੁਸੀਂ ਪੈਰਿਸ ਦੇਖਦੇ ਹੋ ਅਤੇ ਜੇ ਤੁਸੀਂ ਉੱਥੇ ਤਾਂ ਆਈਫਲ ਟਾਵਰ ਨਹੀਂ ਨਾ ਦੇਖਦੇ, ਤਾਂ ਫਿਰ ਤੁਹਾਨੂੰ ਕੋਈ ਪੈਰਿਸ ਆਉਣ ਦਾ ਕੋਈ ਮੈਨੇ ਨਹੀਂ ਬਣਾਉਂਦਾ। ਬਾਕੀ ਸਾਰਾ ਕੁਝ ਦੇਖ ਸਕਦੇ ਹੋ ਪੈਰਿਸ 'ਚ। ਪੈਰਿਸ ਬੜਾ ਵਧੀਆ ਸਿਟੀ ਹੈ, ਕਲੋਨੀਅਲ ਸਟਾਈਲ ਦੀਆਂ ਬਿਲਡਿੰਗਾਂ ਨੇ, ਵੱਡੇ ਵੱਡੇ ਚਰਚ ਨੇ, ਬੜੇ ਵੱਡੇ ਉਹ ਸਾਰਾ ਕੁਛ ਹੈ, ਠੀਕ ਹੈ ਜੀ। ਸੋ ਐਨੀਵੇ ਇੰਜੋਏ ਕਰੋ ਪੈਰਿਸ ਨੂੰ, ਪੰਜਾਬੀ ਦੀਆਂ ਅੱਖਾਂ, ਧੰਨਵਾਦ ਜੀ। ਲੰਡਨ ਤੋਂ ਪੈਰਿਸ ਬਾਈ ਟ੍ਰੇਨ, ਇਹਨੂੰ ਕਹਿੰਦੇ ਨੇ ਯੂਰੋ ਟ੍ਰੇਨ, ਠੀਕ ਹੈ। ਸੋ ਇਹ ਆਹ ਸੈਂਟਰ ਆ, ਇਹਨੂੰ ਕਹਿੰਦੇ ਨੇ ਸੇਂਟ ਪੰਕਰਾਸ, ਉਹ ਸਾਹਮਣੇ ਲਿਖਿਆ ਵੀ ਹੈ, ਉਹ ਸਟਾਰਬਕਸ ਦੇ ਸਾਹਮਣੇ। ਸੋ ਇਹ ਬੜਾ ਵੱਡਾ ਸਟੇਸ਼ਨ ਆ, ਇਸ ਸਟੇਸ਼ਨ 'ਤੇ ਇੰਟਰਨੈਸ਼ਨਲ ਆ ਸਾਰੀਆਂ ਹੈਗੀਆਂ ਜਿਹੜੀਆਂ ਜਾਂਦੀਆਂ ਨੇ, ਕਿੱਧਰ ਨੂੰ ਜਾਣੀਆਂ ਇਹ, ਠੀਕ ਹੈ। ਜਿਹੜੀਆਂ ਇਹਨਾਂ ਦੀਆਂ ਲੋਕਲ ਰੇਲਾਂ ਨੇ ਉਹ ਵੀ ਜਾਂਦੀਆਂ ਇੱਥੋਂ, ਅਤੇ ਆ ਯੂਰੋ ਸਟਾਰ ਆ ਉਹ ਪੈਰਿਸ ਨੂੰ ਇੱਕ ਚਲੇ ਗਈ ਹੈ, ਕਲੋਜ਼ ਹੋ ਗਈ, ਉਹ ਵੀ ਕਲੋਜ਼ ਹੋ ਗਈ, ਅਤੇ ਨਾਲ ਹੀ ਓਪਨ ਆ ਸਾਡੇ ਵਾਲੀ ਹੈਗੀ 16:31 'ਤੇ, ਠੀਕ ਹੈ, 3 ਵਜੇ ਖੁੱਲੂਗੀ ਉਹ, ਠੀਕ ਹੈ। ਹਾਂ ਹਜੇ 2:27 ਹੋਏ ਨੇ, ਸੋ ਅੱਧਾ ਘੰਟਾ ਹੈਗਾ ਅਜੇ, ਠੀਕ ਹੈ। ਇੱਥੇ ਲੋਕਲ ਟ੍ਰੇਨਾਂ ਵੀ ਚੱਲਦੀਆਂ, ਜਿਹੜੀਆਂ ਲੋਕਲ ਚੱਲਦੀਆਂ ਇਸ ਸਟੇਸ਼ਨ 'ਤੇ, ਸਾਰੀਆਂ ਚੱਲਦੀਆਂ ਲੋਕਲ ਵੀ, ਅੰਡਰਗਰਾਊਂਡ ਵੀ ਸਟੇਸ਼ਨ ਆ, ਸਾਰਾ ਕੁਛ ਇਹਨੂੰ ਕਹਿੰਦੇ ਅੰਡਰਗਰਾਊਂਡ ਸਟੇਸ਼ਨ ਨੂੰ ਇੱਥੇ ਕਹਿੰਦੇ ਨੇ। ਇਹਨਾਂ ਦਾ ਹੈਗਾ ਇੱਥੇ ਕਿੰਗਸ ਕ੍ਰੋਸ ਸਟੇਸ਼ਨ, ਬਾਕੀ ਆਹ ਨੇ ਸਾਰੇ, ਠੀਕ ਹੈ। ਸੋ ਇੱਧਰੋਂ ਆ ਕੇ ਇੱਧਰ ਵੜਦੇ ਹਾਂ, ਇੱਥੇ ਇਹਨਾਂ ਦੀਆਂ ਨੈਸ਼ਨਲ ਜਿਹੜੀਆਂ ਰੇਲ ਹੈ ਉਹਨਾਂ ਦੀਆਂ ਟਿਕਟਾਂ ਨੇ, ਉਹ ਪਰਲੇ ਪਾਸੇ ਹੈਗੀਆਂ ਜਿਹੜੀਆਂ ਇਹਨਾਂ ਦੀਆਂ ਏਅਰਪੋਰਟ ਵਗੈਰਾ ਨੂੰ ਜਾਂਦੀਆਂ ਨੇ, ਜਾਂ ਕਿਸੇ ਹੋਰ ਪਾਸੇ ਜਿਹੜੀਆਂ ਜਾਂਦੀਆਂ ਉਹ ਸਾਰੀਆਂ ਇੱਥੇ ਦੀਆਂ।
ਸੌ ਦੇਖਿਆ ਇੰਟਰਨੈਸ਼ਨਲ ਟ੍ਰੇਨਾਂ ਯੂਰੋ ਸਟਾਰ ਇੱਧਰ ਜਾਂਦੀ ਹੈ ਅੰਡਰਗਰਾਊਂਡ ਉੱਧਰ ਦੇ ਪਾਸੇ ਨੂੰ ਪਲੇਟਫਾਰਮ ਉਹ ਇਲਾਕੇ ਦਾ ਨਾਂ ਰੋਇਲ ਪੈਲਸ ਕਿਸੇ ਟਾਈਮ 'ਤੇ ਇਹ ਇਹਨਾਂ ਦੇ ਕੁਈਨ ਦਾ
ਜਿੱਥੇ ਕਿੰਗ ਦਾ ਪੈਲਸ ਹੁੰਦਾ ਸੀ ਅਤੇ ਹੁਣ ਹੋਟਲ ਬਣਿਆ ਹੋਇਆ ਉਹ ਹੋਟਲ ਆ ਐਂਡ ਲੋਬਰੇ ਠੀਕ ਹੈ ਆਹ ਸਰ ਆਹ ਹੋਟਲ ਸੀ ਆਹ ਪਿਛਲੇ ਪਾਸੇ ਉਹ ਸਾਹਮਣੇ ਕੁਛ ਹੋਰ ਹੋਣਾ ਮੈਂ ਪੈਰਿਸ ਦੇ ਫੇਮਸ ਲੋਬਰੇ ਮਿਊਜ਼ੀਅਮ 'ਚ ਜੀ ਸੋ ਆਹ ਮੇਰੇ ਪਿੱਛੇ ਆ ਸਾਰਾ ਆ ਉੱਪਰ ਇਹਨਾਂ ਦੇ ਕੋਈ ਬਰਨਰਡ ਕੋਈ ਪੁਰਾਣਾ ਕੋਈ ਤਿਮਕਾਉਣਾ ਸਾਰਿਆਂ ਦੀਆਂ ਮੂਰੀਆਂ ਮੂਰਤੀਆਂ ਬਣੀਆਂ ਹੋਈਆਂ ਉੱਪਰ ਉਹ ਜਵਾਕ ਜਿਹਾ ਖੜ੍ਹਾ ਸਾਰਿਆਂ ਦੇ ਬੜਾ ਹੁਨਰ ਹੈ ਠੀਕ ਹੈ ਫਰਾਂਸ ਦਾ ਹੁਨਰ ਦਿਖਾਇਆ ਹੋਇਆ ਉਹ ਇਹਨਾਂ ਦੀ ਕੋਈ ਰਾਣੀ ਰੂਣੀ ਹੋਣੀ ਆ ਉਹਦੇ ਨਾਲ ਰਾਜੇ ਨਾਲ ਖੜ੍ਹੀ ਹੈ ਕਾਂਟੇ ਕਾਂਟ ਕੱਪੜਿਆਂ ਦੇ ਆਹ ਬੰਦੇ ਨੇ ਸਾਰੇ ਪਾਸੇ ਬਿਲਡਿੰਗ 'ਚ ਲੱਗੇ ਸਾਰੇ ਪਾਸੇ ਸਾਰੀ ਹੋਰ ਬਿਲਡਿੰਗ ਦੇ ਵਿੱਚ ਆਹ ਵਿਚਾਲੇ ਫੁਆਰੇ ਨੇ ਉਹ ਅੱਜ ਕੱਲ੍ਹ ਬੰਦ ਨੇ ਸੋ ਜਿਹੜਾ ਲੋਬਰੇ ਮਿਊਜ਼ੀਅਮ ਹੈ ਜੀ ਬਹੁਤ ਵੱਡਾ ਉਹ ਤੱਕ ਜਾਈ ਜਾਂਦਾ ਇੱਧਰੋਂ ਸ਼ੁਰੂ ਹੋ ਗਏ ਉਹ ਇਹਦੇ ਪਰਲੇ ਪਾਸੇ ਤੱਕ ਆਹ ਤਾਂ ਵਿਚਾਰੇ ਰਿਪੇਅਰ ਚੱਲਦੀ ਇਹਦੀ ਹੈ ਜਿਹੜੇ ਰੱਥ ਜਿੱਥੇ ਖੜ੍ਹਾ ਜਿਵੇਂ ਕ੍ਰਿਸ਼ਨ ਭਗਵਾਨ ਖੜ੍ਹਾ ਹੁੰਦਾ ਇੰਡੀਆ 'ਚ ਅਤੇ ਇਹਦੇ ਨੂੰ ਲੰਬਾ ਚੌੜਾ ਬਹੁਤ ਹੈ ਪਰ ਆਪਾਂ ਇੰਨੀ ਦੂਰ ਜਾਣਾ ਨਹੀਂ ਥੱਕ ਜਾਵਾਂਗੇ ਯਾਰ ਬਹੁਤ ਆ ਸੋ ਉਹ ਇੱਧਰਲੇ ਪਾਸੇ ਉਹ ਸਾਹਮਣੇ ਆਈਫਲ ਟਾਵਰ ਵੀ ਦੇਖਦਾ ਇੱਥੇ ਇਸ ਪਾਰਕ ਤੋਂ ਬਹੁਤ ਵੱਡਾ ਉੱਚਾ ਉਹ ਸਾਹਮਣੇ ਕੋਈ ਹੋਰ ਬਿਲਡਿੰਗ ਆ ਹੋਰ ਹੋਣੀ ਹੈ ਨਿਕਲਦੇ ਬਾਹਰ ਵਾਸ਼ਰੂਮ ਜਾਣਾ ਇੱਥੇ ਵਾਸ਼ਰੂਮ ਨਹੀਂ ਲੱਭਦਾ ਯਾਰ
ਆ ਜਰਾਨੀ ਪਤਾ ਨਹੀਂ ਫਿਰੀਆਂ ਕਿਉਂ ਬਿਠਾਈ ਹੋਈ ਆ ਟੇਡੀ ਜੀ। ਚਲੋ ਕਾਫੀ ਲੰਬਾ ਚੌੜਾ ਸੀ, ਉਹ ਤਾਂ ਨਹੀਂ ਕੋਈ ਦੇਖਿਆ, ਇੱਕ ਸਰਦਾਰ ਜੀ ਉਹ ਖੜਾ ਬੇਚਾਰਾ, ਅਤੇ ਨਾਲ ਤਾਂ ਆਪਣਾ ਮੁੰਡਾ ਇੱਕ ਹੋਰ ਲੱਗਦਾ ਪਾਣੀ ਦੀਆਂ ਬੋਤਲਾਂ ਵੇਚ ਰਿਹਾ ਬੇਚਾਰੇ, ਇਹਦੇ ਨਾਲ ਦੀਆਂ ਯੂਰੋ ਯੂਰੋ ਦੀਆਂ ਇੱਕ ਇੱਕ ਯੂਰੋ ਦੀਆਂ। ਹਾਂਜੀ ਪੈਰਿਸ ਤੋਂ, ਪੈਰਿਸ ਨੂੰ ਦੁਨੀਆ ਭਰ 'ਚ ਜਿਹੜੀ ਇਹਦੀ ਹੈਗੀ ਇਹਦੀ ਸੁੰਦਰਤਾ ਅਤੇ ਇਹਦੇ ਫੈਸ਼ਨ ਨੂੰ ਕਰਕੇ ਬਹੁਤ ਮਸ਼ਹੂਰ ਆ, ਅਤੇ ਉਹਦੇ ਇੱਕ ਫੈਸ਼ਨ ਦੇ ਇੱਕ ਹੋਰ ਸੈਕਸ਼ਨ 'ਚੋਂ ਇੰਟਰਸੈਕਸ਼ਨ 'ਚ ਖੜ੍ਹਾ। ਸੋ ਇਹਦੇ ਪਾਸੇ ਚੰਗੇ ਚੰਗੇ ਆਸ ਮਾਰਟਿਨ, ਇਸ ਦਾ ਸਮਾਰ ਇਹਨੂੰ ਕਹਿੰਦੇ SAMAR ਸਮਾਰਟਿਨ, ਇਹਦਾ ਉਹ ਸਟੋਰ ਹੈ ਵੀ ਬੜਾ ਵਧੀਆ, ਇਹਦੇ ਆਲੇ ਦੁਆਲੇ ਬੜੇ ਵਧੀਆ ਸਟੋਰ ਹੈ, ਠੀਕ ਹੈ। ਫਾਰਮੇਸੀ ਆ ਜ਼ਾਰਾ, ਅਤੇ ਇਹਦੇ ਨਾਲ ਇਹ ਹੋਰ ਇਹ ਕਾਫੀ ਵੱਡਾ ਇਹ ਸ਼ੋਪਿੰਗ ਸੈਂਟਰ ਹੈ, ਇਹਦੇ ਵਿੱਚ ਤਕੜੇ ਤਕੜੇ ਬ੍ਰੈਂਡਾਂ ਦੇ ਉਹ ਹਨ। ਅਤੇ ਹੁਣ ਇਹਦੇ ਸਾਹਮਣੇ ਨੂੰ ਉਹ ਏਰੀਆ ਨੋਟਰਡਾਮ ਦਾ, ਉੱਧਰੋਂ ਚੱਲੇ ਨੋਟਰਡਾਮ ਵਾਲੇ ਪਾਸੇ ਨੂੰ, ਉੱਧਰੋਂ ਜਾਂਦੇ ਹਾਂ ਦੇਖਦੇ ਹਾਂ ਫਿਰ, ਠੀਕ ਹੈ। ਸੁਹਾ ਆਰਨੈਸਟ ਪੂਰੀ ਵਾਰਡ ਵਾਰਨ ਉਹ ਸਮਾਰਟਿਨ ਦੇ ਕੋਰਨਰ 'ਤੇ। ਪੈਰਿਸ ਦਾ ਉਹ ਚੌਂਕ ਆ, ਇੱਕ ਆਮ ਤੌਰ 'ਤੇ ਜਿੰਨੀਆਂ ਵੀ ਸਾਰੀਆਂ ਮਸ਼ਹੂਰ ਨੈਪੋਲੀਅਨ ਦੀ ਆਹ ਕੋਈ ਹੈਗੀ ਯਾਦਗਾਰ ਜੀ ਬਣਾਈ ਹੋਈ, ਨੈਪੋਲੀਅਨ ਦਾ ਉਹਦਾ ਬੁੱਤ ਬਣਾਇਆ ਹੋਇਆ ਉਹਦਾ ਮੋਨੂਮੈਂਟ। ਇਹਦੇ ਆਲੇ ਦੁਆਲੇ ਜਿਹੜੇ ਪਾਸੇ ਲੂਈ ਵਿਟੋਨ ਔਫ ਕ੍ਰਿਸਚਨ ਦਿਓਰ ਆ ਕੀ ਆ ਉਹ ਬੁਲਟਾ ਚੌਂਕ ਆ, ਆਹ ਇੱਕ ਸੀ ਤਾਂ ਗੁੱਚੀ ਸੀ ਅਤੇ ਸ਼ੋ ਸ਼ੋ ਪਾਰਟ ਸੀ, ਅਤੇ ਇਹ ਸਾਰੇ ਜਿੰਨੇ ਵੀ ਮਸ਼ਹੂਰ ਹੈਗੇ ਉੱਧਰ ਰੋਲੈਕਸ ਹੈ, ਉੱਧਰ ਹੋਰ ਹੈ ਕੋਈ, ਜਿੰਨੇ ਵੀ ਮਸ਼ਹੂਰ ਹੈਗੇ ਇਹ ਹੈਗਾ ਮਿਨਿਸਟਰੀ ਆਫ ਜਸਟਿਸ ਔਰ ਜਸਟਿਸ ਪੈਲਸ ਵੀ ਕਹਿੰਦੇ ਨੇ, ਇਹਦੇ ਸਾਰੇ ਆਲੇ ਦੁਆਲੇ ਸਾਰੇ ਜਿੰਨੇ ਮਸ਼ਹੂਰ ਦੁਨੀਆਂ ਦੀਆਂ ਕੰਪਨੀਆਂ ਨੇ ਸ਼ਨਾਵ ਚੱਲ ਹੋਰ ਪੁਰਾਣਾ ਤਨਖਾਹ ਓਪੋ ਬੁਲਬੁਲ ਗਰੀ ਦਾਮਿਆਨੀ ਉਹ ਕੋਈ ਵੀ ਇੱਦਾਂ ਦੀ ਉਹ ਤੁਹਾਨੂੰ ਇੱਥੇ ਮਿਲਦੀ ਇੱਥੇ ਐਸ ਚੌਂਕ